ਹੁਣ ਤਿਆਰੀ ਪ੍ਰਸ਼ਾਸਨ ਨੇ ਪੂਰੀ ਕਰ ਦਿੱਤੀ ਹੈ, ਹਰਿਆਣਾ ਨੇ ਸੈਂਟਰ ਨੇ ਕੰਨ ਖਿੱਚੇ ਨੇ ਔਰ ਲੇਅਰ ਦੇ ਵਿੱਚ ਜਿਹੜੀਆਂ ਨੇ ਬੈਰੀਕੇਡਿੰਗ ਕੀਤੀ ਹੋਈ ਹੈ। ਉਸ ਤੋਂ ਪਿੱਛੇ ਵਾਟਰ ਕੈਨਨ ਮਸ਼ੀਨ ਲਾਈਆਂ ਹੋਈਆਂ ਨੇ, ਅਥਰੂ ਗੈਸ ਦੇ ਗੋਲੇ, ਜਿਹੜੀ ਸਿਕਿਉਰਿਟੀ ਹੈ ਉਹ ਟਾਈਟ ਕੀਤੀ ਹੋਈ ਹੈ। ਜੀ ਪੰਜਾਬ ਦੀ ਤਿਆਰੀ ਹੈ, ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦੇਈ ਵੀ ਸਰ ਜੀ, ਪੰਜਾਬ ਤੋਂ ਵੱਧ ਦੱਸੋ ਕਿੰਨੇ ਕੁਰਬਾਨੀਆਂ ਦੇਈ ਵੀ ਜੀ। ਅਤੇ ਬੱਦੀ ਸਿੰਘ ਰਿਆਜ਼ ਨਹੀਂ ਹੋ ਰਹੇ ਜੀ, ਬਾਬਾ ਰਾਮ ਰਹੀਮ ਨੂੰ ਪਰੋਲ ਮਿਲੀ ਜੀ, ਸਾਡੇ ਬੱਦੀ ਸਿੰਘ ਨੂੰ ਪਰੋਲ ਨਹੀਂ ਮਿਲੀ। ਇਹ ਜਿਹੜੀ ਤਿਆਰੀ ਹੈ ਹੁਣ ਪ੍ਰਸ਼ਾਸਨ ਦੀ, ਕੱਲ੍ਹ ਨੂੰ ਇੱਥੇ ਕੀ ਹੋ ਸਕਦਾ ਕਿ ਜੰਗ ਲੱਗੇਗੀ? ਟੁੱਟਦੇ ਪੱਥਰ ਜਾ ਕੇ, ਹਾਂ ਇਹ ਘੰਟਾ ਪਹਿਲਾਂ ਅਸੀਂ ਗੇਰ ਕੇ ਗਏ ਹਾਂ ਇਹਨਾਂ ਨੂੰ, ਹਾਂ ਹੁਣ ਨਹੀਂ ਹਟਦੇ ਨਹੀਂ, ਨਾ ਹੁਣ ਨਹੀਂ ਹਟਦੇ ਜੀ। ਸਾਡੇ ਕੋਲ ਸਾਰੀ ਮਸ਼ੀਨਾਂ, ਜੇ ਸੀ ਬੀ ਆ, ਸਾਰੀ ਪੋਗ ਲੈਣਾ ਸਾਡੇ ਕੋਲ ਮਸ਼ੀਨਾਂ ਮੌਜੂਦ ਹੈ ਜੀ ਸਾਰੀ। ਹਥਿਆਰ ਵੀ ਹੈ ਉਹਨਾਂ ਕੋਲ, ਤਾਂ ਅਥਰੂ ਗੈਸ ਦੇ ਗੋਲੇ ਵੀ ਨੇ। ਕੋਈ ਨਹੀਂ, ਸਾਡੇ ਕੋਲ ਟਰੈਕਟ ਹੈ, ਸਾਡੇ ਉਹ ਹੀ ਹਥਿਆਰ ਹੈ ਜੀ। ਜਿਹੜੀ ਆ ਫੋਰਸ ਸੀ ਉਹ ਬੈਰੀਕੇਡ ਸੀ, ਉਹ ਉੱਥੇ ਖੜੀ ਸੀ, ਹੁਣ ਇੱਥੇ ਆ ਕੇ ਕਹਿੰਦੇ ਆ ਸਾਨੂੰ ਜਾਓ ਇੱਥੋਂ, ਅਸੀਂ ਆਪਣੇ ਪੰਜਾਬ 'ਚ ਖੜੇ ਹਾਂ, ਅਸੀਂ ਖੜ ਸਕਦੇ ਹਾਂ ਇੱਥੇ। ਹਰਿਆਣਾ ਪੁਲਿਸ, ਹਰਿਆਣਾ ਜਾਂ ਕੋਈ ਕਿੱਦਾਂ ਅੱਗੇ ਕਹੂਗਾ ਵੀ ਇੱਥੇ ਨਹੀਂ ਖੜੇ। ਸ਼ੰਭੂ ਬੈਰੀਅਰ 'ਤੇ ਮੌਜੂਦ ਹਾਂ, ਜਿੱਥੇ ਕੁਛ ਸਮਾਂ ਪਹਿਲਾਂ ਕਿਸਾਨ ਦਿੱਲੀ ਵੱਲ ਕੂਚ ਕਰਦੇ ਨੇ, ਪਰ ਉਦੋਂ ਤਾਂ ਇੱਥੋਂ ਲੜ ਭਿੜ ਕੇ ਵੱਲ ਅੱਗੇ ਵੱਲ ਵੱਧ ਜਾਂਦੇ ਨੇ, ਪਰ ਹੁਣ ਤਿਆਰੀ ਪ੍ਰਸ਼ਾਸਨ ਨੇ ਪੂਰੀ ਕਰ ਦਿੱਤੀ ਹੈ, ਹਰਿਆਣਾ ਨੇ ਸੈਂਟਰ ਨੇ ਕੰਨ ਖਿੱਚੇ ਨੇ। ਪੰਜਾਬ 'ਚ ਵੀ ਇਹ ਤਿਆਰੀ ਹੋ ਸਕਦੀ ਸੀ, ਪਰ ਇੱਕ ਵਾਰੀ ਮੈਂ ਇਹ ਤਸਵੀਰ ਦਿਖਾ ਦੇਵਾਂ, ਕਈ ਦਿਨਾਂ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਨੇ ਸਾਡੇ ਜਿੰਨੇ ਵੀ ਚੈਨਲ ਅਦਾਰੇ ਨੇ, ਸਹਿਯੋਗੀ ਨੇ, ਸਾਡੇ ਕੁਲੀਕ ਨੇ, ਉਹ ਆਪਣੇ ਆਪਣੇ ਅਦਾਰਿਆਂ ਦੇ ਉੱਤੇ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਨੇ। ਤਾਂ ਸ਼ੰਭੂ ਬੈਰੀਅਰ ਦੀਆਂ ਤਿਆਰੀਆਂ ਨੇ, ਬੈਰੀਕੇਟਿੰਗ ਕੀਤੀ ਹੋਈ ਹੈ, 3 ਤੋਂ 4 ਲੇਅਰ ਦੇ ਵਿੱਚ ਜਿਹੜੀਆਂ ਨੇ ਬੈਰੀਕੇਟਿੰਗ ਕੀਤੀ ਹੋਈ ਹੈ। ਉਸ ਤੋਂ ਪਿੱਛੇ ਵਾਟਰ ਕੈਨਨ ਮਸ਼ੀਨ ਲਾਈਆਂ ਹੋਈਆਂ ਨੇ, ਅਥਰੂ ਗੈਸ ਦੇ ਗੋਲੇ, ਜਿਹੜੀ ਸਿਕਿਉਰਿਟੀ ਹੈ ਉਹ ਟਾਈਟ ਕੀਤੀ ਹੋਈ ਹੈ, ਕੈਮਰੇ ਲੱਗੇ ਹੋਏ ਨੇ ਕਿਉਂਕਿ ਸਵੇਰ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਾਂ ਹੁਣ ਇਹ ਰਾਤ ਦਾ ਵੇਲਾ ਹੋ ਚੁੱਕਿਆ, ਇਹ ਤੁਸੀਂ ਹੁਣ ਇਸ ਵਕਤ ਔਜ਼ਾਰ ਟੀਵੀ ਦੇ ਉੱਤੇ ਇਹ ਤਸਵੀਰਾਂ ਦੇਖ ਰਹੇ ਹੋ। ਤਾਂ ਕਿਸਾਨ ਕੀ ਪਹੁੰਚਣਗੇ ਜਾਂ ਨਹੀਂ, ਕਿਉਂਕਿ ਪੰਜਾਬ ਤੋਂ ਐਂਟਰ ਹੁੰਦੇ ਹੀ ਹਰਿਆਣਾ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ, ਕਿਉਂਕਿ ਮੀਟਿੰਗ ਚੱਲ ਰਹੀ ਹੈ, ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ, ਉਸ ਦੇ ਵਿੱਚ ਕੀ ਗੱਲਾਂ ਕਹੀਆਂ ਜਾਂਦੀਆਂ ਨੇ, ਕੀ ਕਿਸਾਨ ਆਉਂਦੇ ਨੇ ਜਾਂ ਨਹੀਂ, ਇਹ ਤਿਆਰੀ ਇਸੇ ਤਰੀਕੇ ਨਾਲ ਸਰਕਾਰ ਨੂੰ ਡਰਾ ਕੇ ਪਿੱਛੇ ਹਟ ਜਾਣਗੇ। ਪਰ ਅਸਲ ਦੇ ਵਿੱਚ ਮੁੱਦੇ ਬਹੁਤ ਸਾਰੇ ਨੇ, ਅਸੀਂ ਇੱਥੇ ਜਿਹੜੇ ਨੌਜਵਾਨ ਨੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ, ਠੀਕ ਹੋ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਇੱਥੋਂ ਦੇ ਰਹਿਣ ਮੋਹੀਖੁਰ ਤੋਂ ਵੀਰ ਜੀ। ਅੱਛਾ, ਇਹ ਜਿਹੜੀ ਤਿਆਰੀ ਹੈ ਪਹਿਲਾਂ ਵੀ ਦੇਖੀ ਸੀਗੀ, ਇਹ ਤਿਆਰੀ ਇਸੇ ਤਰੀਕੇ ਨਾਲ, ਕੀ ਖਾਸ ਸੀਗਾ ਪਹਿਲਾਂ ਅਤੇ ਹੁਣ ਕੀ ਖਾਸ ਹੋ ਰਿਹਾ ਵੀਰ ਜੀ? ਖਾਸ ਤਾਂ ਇੱਦਾਂ, ਸਾਡੇ ਨਾਲ ਧੱਕਾ ਹੋ ਰਿਹਾ ਜੀ, ਪੰਜਾਬ ਨਾਲ ਹਰ ਟਾਈਮ ਧੱਕਾ ਹੋ ਰਿਹਾ ਜੀ। ਇਹ ਪਹਿਲਾਂ ਤਾਂ ਆਹੀ ਦੇਖ ਲਓ ਜੀ, MSP ਚਾਹੀਦੀ ਸਾਨੂੰ ਜੀ, ਉਹ ਬੱਤੀ ਸਿੰਘ ਬੋਰਡ ਲਾ ਰਹੇ ਲੋਕ ਜੀ, ਬੱਤੀ ਸਿੰਘ ਰਿਹਾਈ ਨਹੀਂ ਹੋ ਰਹੀ ਜੀ, ਠੀਕ ਨਹੀਂ ਲੱਗਦਾ। ਇੱਥੇ ਇਕੱਠ ਹੋਏਗਾ ਕੱਲ ਨੂੰ, ਸਰਕਾਰ ਝੁਕ ਜਾਏਗੀ, ਉਹਨਾਂ ਦੀ ਤਾਂ ਤਿਆਰੀ ਹੈ ਹਰਿਆਣਾ ਵਾਲਿਆਂ ਦੀ, ਕਹਿੰਦੇ ਆਪਣੀ ਵੀ ਸਰ ਜੀ, ਪੰਜਾਬ ਦੀ ਤਿਆਰੀ ਹੈ, ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦੇਈ ਵੀ ਸਰ ਜੀ, ਪੰਜਾਬ ਤੋਂ ਵੱਧ ਦੱਸੋ ਕਿੰਨੇ ਕੁਰਬਾਨੀਆਂ ਦੇਈ ਵੀ ਜੀ। ਮਾਰੇ ਨਾਲ ਫਿਰ ਧੱਕਾ ਹੋ ਰਿਹਾ, ਸਾਡੇ ਬੱਦੀ ਸਿੰਘ ਰਿਆਜ਼ ਨਹੀਂ ਹੋ ਰਹੇ ਜੀ, ਬਾਬਾ ਰਾਮ ਰਹੀਮ ਨੂੰ ਪਰੋਲ ਮਿਲੀ ਜੀ, ਸਾਡੇ ਬੱਦੀ ਸਿੰਘ ਨੂੰ ਪਰੋਲ ਨਹੀਂ ਮਿਲੀ ਸਰ, ਸਾਡੇ ਨਾਲ ਧੱਕਾ ਹੀ ਹੋ ਰਿਹਾ ਪੰਜਾਬ ਨਾਲ ਹਰ ਟਾਈਮ ਹੋ ਰਿਹਾ ਸਰ। ਤੁਹਾਨੂੰ ਕੀ ਲੱਗਦਾ ਇਸ ਦੇ ਉੱਤੇ ਸਟੈਂਡ ਕਿਹਨੂੰ ਸਪਸ਼ਟ ਕਰਨਾ ਚਾਹੀਦਾ? ਇਹ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ, ਜੇ ਮੰਗਾਂ ਮੰਨ ਲਈਆਂ ਸੀਗੀਆਂ ਉਹ ਪੂਰੀਆਂ ਕਿਉਂ ਨਹੀਂ ਕੀਤੀਆਂ ਗਈਆਂ ਹੁਣ ਤੱਕ? ਸਰ ਇਹ ਤਾਂ ਸਰਕਾਰ ਧੱਕਾ ਕਰ ਰਹੀ, ਪੰਜਾਬੀਆਂ ਨਾਲ ਕਰਦੀ ਆ ਰਹੀ, ਕਰਦੀ ਰਹਿ ਗਈ ਸਰ ਜੀ। ਅਸੀਂ ਅਪੀਲ ਕਰਦੇ ਜੀ, ਰਿਕੁਐਸਟ ਕਰਦੇ ਵੀ ਸਰਕਾਰ ਸਾਡੀ ਗੱਲ ਮੰਨੇ। ਆ ਜਾ ਕਿਉਂ ਬਈ, ਇਹ ਜਿਹੜੀ ਤਿਆਰੀ ਹੈ ਹੁਣ ਪ੍ਰਸ਼ਾਸਨ ਦੀ, ਕੱਲ੍ਹ ਨੂੰ ਇੱਥੇ ਕੀ ਹੋ ਸਕਦਾ ਕਿ ਜੰਗ ਲੱਗੇਗੀ? ਇੱਕ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ, ਕਹਿੰਦੇ ਪਾਕਿਸਤਾਨ ਦਾ ਬਾਰਡਰ ਤਾਂ ਮੰਨਿਆ ਕਿ ਤਿਆਰੀ ਹੁੰਦੀ ਹੈ ਪੂਰੀ, ਇੰਡੀਆ ਅਤੇ ਬਾਰਡਰ ਹੁੰਦੇ ਨੇ, ਆਹ ਬਾਰਡਰ ਕੀ ਸੰਕੇਤ ਦੇ ਰਿਹਾ ਕੱਲ੍ਹ ਦੇ ਵਾਸਤੇ? ਦੇਖੋ ਕੱਲ੍ਹ ਵਾਸਤੇ ਕੁਛ ਨਹੀਂ ਦੇ ਰਿਹਾ, ਇਹ ਤਾਂ ਚੱਕ ਕੇ ਲੰਘ ਜਾਣਾ, ਇਹ ਤਾਂ ਨਿਕਲ ਜੂੰਗੇ। ਜੰਗ ਲੱਗ ਲੂਗੀ ਕੱਲ੍ਹ ਇੱਥੇ? ਨਹੀਂ ਨਹੀਂ ਨਹੀਂ, ਜੰਗ ਕੁਛ ਨਹੀਂ, ਆਹ ਇੱਦਾਂ ਕਿ ਤਾਂ ਸੁੱਟਦੇ ਪੱਥਰ ਚੱਕ ਕੇ, ਹੁਣ ਹੀ ਸੁੱਟੇ? ਹਾਂ ਹਾਂ, ਇਹ ਘੰਟਾ ਪਹਿਲਾਂ ਅਸੀਂ ਗੇਰ ਕੇ ਗਏ ਹਾਂ ਇਹਨਾਂ ਨੂੰ, ਹਾਂ ਮਤਲਬ ਹੁਣ ਨਹੀਂ ਹਟਦੇ ਨਹੀਂ? ਨਾ ਨਾ, ਹੁਣ ਨਹੀਂ ਹਟਦੇ ਜੀ, ਹੁਣ ਤਾਂ ਜਥੇਬੰਦੀਆਂ ਸਾਡੀ ਆਉਣ ਵਾਲੀ ਤਿਆਰ ਹੈ ਜੀ ਸਾਰੀਆਂ।
ਪਿੱਛੇ ਪੂਰਾ ਫੁੱਲ ਜ਼ੋਰਾਂ 'ਤੇ ਕੰਮ ਹੈ ਜੀ ਪਿੱਛੇ। ਹਾਂਜੀ ਹਾਂਜੀ, ਸਾਡੇ ਕੋਲ ਤਾਂ ਇਹਨਾਂ ਤੋਂ ਵੱਧ ਪ੍ਰਬੰਧ ਹੈ ਜੀ ਸਰਕਾਰ ਨਾਲੋਂ। ਸਾਡੇ ਕੋਲ ਸਾਰੀ ਮਸ਼ੀਨਾਂ ਜੇ ਸੀ ਬੀ ਆ, ਸਾਰੀ ਪੋਕ ਲੈਣਾ ਸਾਡੇ ਕੋਲ ਮਸ਼ੀਨਾਂ ਮੌਜੂਦ ਹੈ ਜੀ ਸਾਰੀਆਂ। ਉਹਨਾਂ ਕੋਲ ਤਾਂ ਹਥਿਆਰ ਵੀ ਹੈ, ਉਹਨਾਂ ਕੋਲ ਤਾਂ ਅਥਰੂ ਗੈਸ ਦੇ ਗੋਲੇ ਵੀ ਨੇ। ਕੋਈ ਨਹੀਂ, ਸਾਡੇ ਕੋਲ ਟਰੈਕਟ ਹੈ, ਸਾਡੇ ਉਹੀ ਹਥਿਆਰ ਹੈ ਜੀ। ਸਾਡੇ ਕੋਲ ਤਾਂ ਜ਼ਿਮੀਦਾਰਾਂ ਕੋਲ ਹਥਿਆਰ ਵਾਧੂ ਹੈ ਜੀ। ਸੂਏ ਜੇ ਵੀ ਲਾਤੇ, ਕਹਿੰਦੇ ਟਾਇਰ ਫਟ ਜਾਣ। ਚੱਕਰ ਨਹੀਂ ਜੀ, ਕੋਈ ਚੱਕਰ ਨਹੀਂ ਸੂਏ ਦਾ, ਅਸੀਂ ਤਿਆਰ ਹੈ ਉਹਨਾਂ ਦਾ ਸਰ। ਹਾਂਜੀ ਹਾਂਜੀ, ਫੁੱਲ ਤਿਆਰੀ ਆ। ਬਿਲਕੁਲ, ਇਹ ਤਿਆਰੀ ਜਿਹੜੀ ਇੱਥੇ ਕੀਤੀ ਹੋਈ ਹੈ। ਹਾਂਜੀ ਹਾਂਜੀ, ਪਹਿਲਾਂ ਜਿਹੜੀ ਆ ਫੋਰਸ ਸੀ ਉਹ ਬੈਰੀਗੇਡ ਸੀ ਉੱਥੇ ਖੜੀ ਸੀ, ਹੁਣ ਇੱਥੇ ਆ ਕੇ ਕਹਿੰਦੇ ਆ ਸਾਨੂੰ ਜਾਓ ਇੱਥੋਂ। ਅਸੀਂ ਆਪਣੇ ਪੰਜਾਬ 'ਚ ਖੜੇ ਹਾਂ, ਧੱਕਾ ਹੀ ਹੋ ਰਿਹਾ ਸਰ ਜੀ, ਅਸੀਂ ਖੜ ਸਕਦੇ ਹਾਂ ਇੱਥੇ। ਹਰਿਆਣਾ ਪੁਲਿਸ, ਹਰਿਆਣਾ ਜਾਂ ਕੋਈ ਕਿੱਦਾਂ ਅੱਗੇ ਕਹਿ ਦੂਗਾ ਵੀ ਇੱਥੇ ਨਹੀਂ ਖੜ ਸਕਦੇ, ਇਹਨਾਂ ਦੀ ਕੋਈ ਬਣਦੀ ਨਹੀਂ ਗੱਲ। ਕਿਉਂ ਅਜਿਹਾ ਕਿਉਂ ਕੀਤਾ ਜਾ ਰਿਹਾ, ਜਿਵੇਂ ਇੰਟਰਨੈਟ ਦੀਆਂ ਸੁਵਿਧਾਵਾਂ ਨਹੀਂ ਮਿਲ ਰਹੀਆਂ ਇੱਥੇ ਪੰਜਾਬ 'ਚ ਵੀ, ਕਹਿੰਦੇ 15-20 ਕਿਲੋਮੀਟਰ ਤੱਕ ਇੰਟਰਨੈਟ ਦੀ ਸੁਵਿਧਾ ਨਹੀਂ ਮਿਲ ਰਹੀ। ਮੇਰੇ ਖਿਆਲ ਗੁੰਡੇ ਹੀ ਰੱਖੇ ਹੋਏ ਆ ਇਹਨਾਂ 'ਚ, ਕੁਛ ਬੰਦੇ ਮੂੰਹ ਬੰਨੀ ਬੈਠੇ, ਮੂੰਹ ਬੰਨ ਕੇ ਆਏ ਆ ਕੁਛ ਬੰਦੇ, ਸਾਨੂੰ ਧੱਕੇ ਮਾਰ ਕੇ ਗਏ ਆ। ਹਾਂ, ਅਸੀਂ ਇੱਥੇ ਘੱਟ ਹਾਂ, ਅਸੀਂ ਤਾਂ ਐਂ ਕਹਿਣਾ ਚਾਹੁੰਦੇ ਹਾਂ ਇਸ ਟਾਈਮ ਕਿ ਸ਼ੰਭੂ ਬਾਰਡਰ 'ਤੇ ਜਿੰਨੇ ਕਿਸਾਨ ਵੀਰ ਹੈ ਇਸ ਟਾਈਮ, ਦੇਖੋ ਇਹ ਹੈ ਕਿ ਥੋੜ੍ਹਾ ਪਹੁੰਚਣ ਦੀ ਕੋਸ਼ਿਸ਼ ਕਰੋ। ਜਦੋਂ ਵੀ ਆਪਣੀ ਜਥੇਬੰਦੀਆਂ ਆਉਂਦੀਆਂ ਤਾਂ ਉਹਨਾਂ ਦਾ ਸਵਾਗਤ ਜਾਂ ਕੁਛ ਵੀ ਲਾ ਲਓ, ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ। ਸਰਕਾਰ ਨਾਲ ਮੀਟਿੰਗ ਹੋ ਰਹੀ ਹੈ, ਜੇ ਮੀਟਿੰਗ ਦੇ ਵਿੱਚ ਗੱਲਾਂ ਹੀ ਮੰਨ ਲਈਆਂ ਫਿਰ ਹੋਏਗੀ ਤਾਂ ਆਪਣੇ ਘਰ ਚਲੇ ਜਾਵਾਂਗੇ ਜੀ। ਜਦੋਂ ਕਲੀਅਰ ਹੋ ਗਏ ਆਪਣੇ ਘਰ ਚਲੇ ਜਾਵਾਂਗੇ। ਅਸੀਂ ਕਿਹੜਾ ਇੱਥੇ ਆ ਬੰਦੂਕਾਂ ਲੈ ਕੇ ਖੜੇ ਹਾਂ ਜਾਂ ਕੋਈ ਹਥਿਆਰ ਹੈ, ਨਿਹੱਥੇ ਹਾਂ ਜੀ, ਨਿਹੱਥੇ ਖੜੇ ਹਾਂ। ਇੱਕ ਵੱਲ ਕੈਮਰਾਮੈਨ ਸਾਹਿਬ ਨੂੰ ਕਹੋ, ਕਹਿੰਦੇ ਕੈਮਰਾਮੈਨ ਸਾਹਿਬ ਕਹੋ, ਦੇਖੋ ਧੱਕਾ ਹੋ ਰਿਹਾ ਹਰਿਆਂ। ਬਾਈ ਤੁਸੀਂ ਕਿੱਥੋਂ ਆਏ ਹੋ? ਲੋਕਲੀ ਪਿੰਡ ਹੈ ਸਾਡਾ। ਤੁਹਾਡੀ ਕੀ ਤਿਆਰੀ ਹੈ ਇੱਥੇ? ਕਹਿੰਦੇ ਇੱਧਰ ਤਾਂ ਜੰਗ ਲੱਗਣ ਲੱਗੀ ਹੈ, ਕਹਿੰਦੇ ਲੰਗਰ ਲੈ ਕੇ ਆਏ ਹੋਏ ਸਾਡੇ ਪਿੰਡ ਦਾ ਲੰਗਰ, ਉੱਥੇ ਲੰਗਰ ਪਾਣੀ ਚੱਲਦਾ ਪਿੱਛੇ ਜੀ, ਉਹਨਾਂ ਨੂੰ ਛਕਾਉਣਾ। ਲੰਗਰ ਦੀ ਕਹਿੰਦੇ ਬੜੀ ਵੱਡੀ, ਗੁਰੂ ਨਾਨਕ ਪਾਤਸ਼ਾਹ ਨੇ ਚਲਾਇਆ 20 ਰੁਪਏ ਦਾ ਲੰਗਰ, ਪੂਰੀ ਦੁਨੀਆ 'ਚ ਮੰਨਿਆ ਜਾਂਦਾ। ਕਹਿੰਦੇ ਹੁਣ ਵੀ ਗੱਲ ਕਰ ਰਹੇ ਸੀ ਕਿ ਕਹਿੰਦੇ ਇਹਨਾਂ ਨੂੰ ਲੰਗਰ ਛਕਾ ਦਾਂਗੇ, ਕਹਿੰਦੇ ਜੇ ਇੱਧਰੋਂ ਡਾਂਗ ਸੋਟਾ ਵੀ ਚੱਲੇਗਾ। ਗੱਲ ਪਹਿਲਾਂ ਵੀ ਛਕਾਏ ਜੀ, ਹੁਣ ਵੀ ਕਿਤੇ ਪਿੱਛੇ ਥੋੜ੍ਹੀ ਹਟਣਗੇ, ਉਹ ਤਾਂ ਹੁਣ ਵੀ ਤਿਆਰ ਹੈ, ਹੁਣ ਆ ਜਾਣ ਛੱਕ ਲੈਣ ਸਾਡੇ ਕੋਲ ਤਾਂ, ਅਸੀਂ ਤਾਂ ਇਹਨਾਂ ਤੋਂ ਪਿੱਛੇ ਨਹੀਂ ਹਟਦੇ ਕਦੇ ਵੀ। ਡਾਂਗ ਮਾਰਦੇ ਆ, ਡਾਂਗ ਖਾ ਕੇ ਵੀ ਲੰਗਰ ਖਵਾ ਦਾਂ, ਲੰਗਰ ਖਵਾਵਾਂਗੇ, ਉਹ ਤਾਂ ਕੋਈ ਗੱਲ ਨਹੀਂ, ਉਹ ਤਾਂ ਜੋ ਬਖਸ਼ਿਆ ਹੋਇਆ ਸਾਨੂੰ ਉਹ ਤਾਂ ਕਰਨਾ ਹੀ ਹੈ ਜੀ, ਉਹ ਤਾਂ ਕੋਈ ਪਿੱਛੇ ਨਹੀਂ ਹਟਦੇ। ਬਾਈ ਇੱਥੋਂ ਦੀ? ਹਾਂਜੀ, ਆਪਣਾ ਲੋਹ ਸਿੰਬੜੀ ਪਿੰਡ ਹੈ ਜੀ, ਲੋਕਲ ਹੈ ਜੀ। ਪਹਿਲਾਂ ਕੀ ਤਿਆਰੀ ਸੀ, ਹੁਣ ਜਿਹੜੀਆਂ ਤਿਆਰੀਆਂ ਦੇਖ ਰਹੇ ਹੋ, ਕੀ ਲੱਗਦਾ ਕਿ ਸਰਕਾਰ ਦਾ ਹੁਣ ਜ਼ਿਆਦਾ ਰਵੱਈਆ ਲੱਗ ਰਿਹਾ? ਤਾਂ ਸਰਕਾਰ ਦਾ ਤੁਹਾਨੂੰ ਪਤਾ ਹੀ ਹਰ ਵਾਰ ਰਹਿੰਦਾ ਹੈ, ਪਰ ਕੀ ਰਹਿਣਾ, ਕੱਲ੍ਹ ਤਾਂ ਕੁਛ ਨਹੀਂ ਰਹਿਣਾ ਇੱਥੇ, ਔਰ ਰਹਿਣਾ ਦਿੱਲੀ ਫਤਿਹ ਕਰਨੀ ਹੈ ਇਸ ਵਾਰ ਵੀ ਜਿਵੇਂ ਪਹਿਲਾਂ ਕੀਤੀ ਸੀ। ਅਤੇ ਆਪਾਂ ਇੱਕ ਅਪੀਲ ਹੈ ਜੀ ਲਾਗੇ ਪਿੰਡਾਂ ਵਾਲਿਆਂ ਨੂੰ ਕਿ ਆਪਣਾ ਸ਼ੰਭੂ ਆਉਣ ਦੀ ਕਿਰਪਾਲਤਾ ਕਰੇ ਇੱਥੇ, ਮਤਲਬ ਘੱਟ ਹੈ ਥੋੜ੍ਹਾ, ਅਤੇ ਇੱਥੇ ਦਿਖਾਓ ਸਰਕਾਰ ਨੂੰ ਕਿ ਕਹਿਣਾ ਕਿਸਾਨ ਜਥੇਬੰਦੀਆਂ ਮਤਲਬ ਅਸੀਂ ਹੈਗੇ ਹਾਂ ਜਿੰਦਾ, ਮਤਲਬ ਸਾਡੀ ਜੀ ਜੀ ਬਹੁਤ ਸ਼ੁਕਰੀਆ। ਤਾਂ ਇਹ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਸੀਗੇ, ਧੰਨਵਾਦ।